हाले पूरा नहीं तेल दिया लिखा है। हुण बर्फां पैणियां स्टार्ट हो जाणियां। आ साडा हैगा हागे, हागे हुंदा की कह सकदे, हागे हुंदा जिसे फुल बूटे लाईंदे अपने। हुण बर्फां पैण नूं तैयार ने, आ हालात होए पए इत्थे दे। इह पीले पीले हो गए पत्ते सारे झड़ जाणे आ, इह पैणियां बर्फां इत्थे। जी सत श्री अकाल जी सारयां नूं, उम्मीद आ सारे ठीक ठाक होवोंगे। आपां चले आ अज गड्डी धोणी आ इक तां। हाँ इह ते आपां ਗੱਡੀ ਦੇ ਸਕਰੈਚ ਪੈ ਗਏ ਸੀ ਨਾ, ਜਿਹੜੇ ਕੰਧ ਨਾਲ ਲੱਗ ਕੇ ਗੱਡੀ ਦੇ ਜਿਹੜੇ ਸਕਰੈਚ ਪੈ ਗਏ ਸੀ ਉਹ ਦਿਖਾਉਣਾ ਸਾਨੂੰ, ਨਾਲੇ ਆਪਾਂ ਕਿੱਦਾਂ ਉਹਨਾਂ ਨੂੰ ਰਿਮੂਵ ਕਰ ਦਿਆਂਗੇ, ਕੀ ਮੈਂ ਲੈ ਕੇ ਆਉਂਦਾ ਸੰਦ ਉਹਨਾਂ ਨੂੰ ਰਿਮੂਵ ਕਰਨ ਲਈ, ਰਿਮੂਵ ਹੋਣਗੇ ਜਾਂ ਨਹੀਂ ਹੋਣਗੇ ਅਤੇ ਇਹ ਆਪਾਂ ਦੇਖਾਂਗੇ। ਪਹਿਲਾਂ ਗੱਡੀ ਧੋਵਾਂਗੇ ਫਿਰ ਵਿੱਚੋਂ ਸਾਫ਼ ਕਰਾਂਗੇ, ਜਾਂ ਪਹਿਲਾਂ ਵਿੱਚੋਂ ਸਾਫ਼ ਕਰ ਦਾਂਗੇ ਫਿਰ ਧੋ ਲਾਂਗੇ, ਅਤੇ ਉਹ ਤੋਂ ਬਾਅਦ ਸਫਾਈ ਕਰਕੇ ਸਾਰੀ ਬਾਹਰੇ ਫਿਰ ਆਪਾਂ ਇਹਦੇ ਸਕਰੈਚ ਠੀਕ ਕਰਾਂਗੇ, ਅਤੇ ਉਹ ਮੈਂ ਦੱਸੂੰਗਾ ਕਿੱਦਾਂ ਠੀਕ ਕਰ ਦਾਂਗਾ। ਜੇ ਤਾਂ ਹੋ ਗਏ ਤਾਂ ਠੀਕ ਆ, ਨਹੀਂ ਹੋਏ ਤਾਂ ਫਿਰ ਪਰ ਟਰਾਈ ਜ਼ਰੂਰ ਕਰਾਂਗੇ ਅੱਜ। ਚਲੋ ਕਰਦੇ ਹਾਂ ਅੱਜ ਦਾ ਵਲੌਗ, ਫਿਰ ਆਪਾਂ ਸਟਾਰਟ ਆ ਜਾਓ ਜੀ। ਲਓ ਜੀ ਆ ਗਿਆ ਆਪਣਾ ਪੈਟਰੋਲ ਪੰਪ ਅਤੇ ਸ਼ੋਪਿੰਗ ਸੈਂਟਰ, ਰਾਈਟ ਹੈਂਡ ਆਪਾਂ ਪਹਿਲਾਂ ਇੱਥੇ ਲਾਈਏ। ਆਹ ਸਾਹਮਣੇ ਹੈਗਾ ਸ਼ੋਪਿੰਗ ਸੈਂਟਰ ਅਤੇ ਇਹਦੇ ਨਾਲ ਹੀ ਇਹਦੇ ਸਾਹਮਣੇ ਆ ਸੱਜੇ ਪਾਸੇ ਹੈਗਾ ਪੈਟਰੋਲ ਪੰਪ। ਅਤੇ ਆਪਾਂ ਗੱਡੀ ਲਾਈਏ ਪਹਿਲਾਂ ਇੱਥੇ। ਉਹ ਸਾਹਮਣੇ ਆ ਉੱਥੇ ਆਪਾਂ ਧੋਵਾਂਗੇ ਗੱਡੀ, ਪਰ ਗੱਡੀ ਹੁਣ ਜਿਹੜੀ ਮੈਂ ਆਹ ਲੱਗਿਆ ਹੋਇਆ ਸਾਹਮਣੇ ਆਹ ਵਾਲਾ ਇਹ ਵੈਕਿਊਮ ਕਲੀਨਰ ਆ ਗੱਡੀ ਨੂੰ ਕਲੀਨ ਕਰਨ ਵਾਲਾ ਅੰਦਰੋਂ। ਪਹਿਲਾਂ ਆਪਾਂ ਇੱਥੇ ਗੱਡੀ ਕਲੀਨ ਕਰਾਂਗੇ ਅਤੇ ਇੱਥੋਂ ਕਲੀਨ ਕਰਕੇ ਫਿਰ ਆਪਾਂ ਜਾਵਾਂਗੇ ਉਹ ਸਾਹਮਣੇ ਉੱਥੇ ਧੋਵਾਂਗੇ ਗੱਡੀ। ਆਹ ਪੈਟਰੋਲ ਪੰਪ ਆ, ਇੱਥੇ ਤੇਲ ਪੈਂਦਾ। ਚਲੋ ਆਪਾਂ ਕਰਦੇ ਹਾਂ ਸਟਾਰਟ ਕੰਮ। ਆਹ ਨੇ ਆਪਣੇ ਕੋਲ ਚੀਜ਼ਾਂ, ਆਹ ਦੇਖੋ ਮਿੱਟੀ ਕਿਵੇਂ ਧੂੜ ਮਿੱਟੀ ਕਿੰਨਾ ਕੁਛ ਪਿਆ, ਇਹ ਸਾਰਾ ਕੁਛ ਚੱਕਣਾ ਗਾ। ਅਤੇ ਇੱਕ ਆਹ ਚੀਜ਼ ਆ, ਇਹ ਮੈਂ ਮੰਗਾਈ ਤੀ, ਇਹ ਵੀ ਗੱਡੀ ਦੀ, ਇਹ ਵੀ ਦੱਸਾਂਗੇ ਕੀ ਚੀਜ਼ ਆ ਅਤੇ ਆਹ ਕੀ ਚੀਜ਼ਾਂ ਨੇ। ਆਹ ਹੈਗਾ ਡੀਆਈਸਰ, ਡੀਆਈਸਰ ਮਤਲਬ ਜਦੋਂ ਸਨੋਅ ਪੈਣੀ ਆ ਤਾਂ ਇੱਥੇ ਸ਼ੀਸ਼ਿਆਂ 'ਤੇ ਬਰਫ਼ ਜੰਮ ਜਾਣੀ ਆ ਪੂਰੀ, ਉਹ ਬਰਫ਼ ਨੂੰ ਫਿਰ ਆਪਾਂ ਇਹਦੇ ਨਾਲ ਪਿਊ 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 ਕਰ ਕਰਕੇ ਹਟਾਉਣੀ ਪੈਂਦੀ ਆ ਬਰਫ਼ ਇਹਦੇ ਨਾਲ। ਅਤੇ ਇੱਕ ਆਹ ਚੀਜ਼ ਆ, ਇਹ ਵੀ ਮਾਰਨੀ ਆ ਗੱਡੀ ਦੇ ਟਾਇਰਾਂ 'ਤੇ, ਟਾਇਰਾਂ 'ਤੇ ਜਿਹੜਾ ਤੇਲ ਤੂਲ ਜੰਮ ਜਾਂਦਾ ਚੱਕਿਆਂ 'ਤੇ ਗੱਡੀ ਦਿਆਂ 'ਤੇ, ਵੀਲ ਦੇ ਉੱਪਰ ਓਇਲ ਵਗੈਰਾ ਜੰਮਿਆ ਹੁੰਦਾ, ਇਹ ਉਹਨੂੰ ਲਾ ਦਿੰਦਾ। ਪਹਿਲਾਂ ਇਹ ਮਾਰਾਂਗੇ ਫਿਰ ਬਾਅਦ ਦੇ ਵਿੱਚ ਵੋਸ਼ ਕਰਾਂਗੇ ਗੱਡੀ। ਅਤੇ ਆਹ ਸੀਗਾ ਆਪਣਾ ਸਕਰੈਚ ਰਿਮੂਵਰ। ਆਹ ਚੀਜ਼ ਦੇਖਣੀ ਆ ਅਸਲ ਮੈਂ ਅੱਜ, ਆਹ ਕੰਮ ਕਰਦੀ ਆ ਕਿ ਨਹੀਂ ਕਰਦੀ ਆ, ਇਹਦਾ ਟਰਾਈ ਕਰਨਾ ਆਪਾਂ। ਇਹ ਲੈ ਕੇ ਆਉਂਦਾ ਕਿੰਨੇ ਦਾ ਮਿਲਿਆ ਇਹ ਆਪਾਂ ਦੱਸਦੇ ਹਾਂ ਬਾਅਦ ਦੇ ਵਿੱਚ। ਪਹਿਲਾਂ ਆਪਾਂ ਕੰਮ ਨਿਬੇੜ ਲਈਏ, ਧੂੜ ਮਿੱਟੀ ਲਾਈਏ ਗੱਡੀ 'ਚੋਂ ਅਤੇ ਫਿਰ ਕਰਦੇ ਹਾਂ ਬਾਕੀ ਦੀਆਂ ਗੱਲਾਂ। ਆ ਜਾਓ ਜੀ, ਉੱਦਾਂ ਖਾਲੀ ਪਿਆ ਗਾ। ਐਤਵਾਰ ਨੂੰ ਜ਼ਿਆਦਾ ਇਕੱਠ ਹੁੰਦਾ ਇੱਥੇ, ਕਿਉਂਕਿ ਐਤਵਾਰ ਨੂੰ ਲੋਕਾਂ ਨੂੰ ਛੁੱਟੀ ਹੁੰਦੀ ਆ ਅਤੇ ਉਹ ਆਉਂਦੇ ਆ ਕੇ ਫਿਰ ਗੱਡੀਆਂ ਸਾਫ਼ ਕਰਨ। ਆਪਾਂ ਪਹਿਲਾਂ ਅੱਗਿਓਂ ਸਾਫ਼ ਕਰ ਦਈਏ ਗੰਦੀ, ਦੇਖੋ ਗੱਡੀ ਕਿੰਨੀ ਹੋਈ ਪਈ ਆ ਮਿੱਟੀ ਉਹ ਮਿੱਟੀ। ਇਹਦਾ ਹੈਗਾ ਆਪਣਾ ਵੈਕਿਊਮ ਦਾ ਜਗਾੜ ਕਿੱਦਾਂ ਚੱਲਦਾ। ਆਹ ਇੱਧਰਲਾ ਤਾਂ ਪੱਟੀ ਦਿੱਤਾ ਇਹਨਾਂ ਨੇ, ਇਹ ਇੱਕੋ ਹੀ ਰਹਿ ਗਿਆ, ਮੈਨੂੰ ਗੱਡੀ ਫਿਰ ਦੂਸਰੇ ਪਾਸੇ ਲਾਉਣੀ ਪੈਣੀ। ਪਹਿਲਾਂ ਦੋ ਸੀ ਇਹਦੇ, ਆਹ ਵਾਲੇ ਇੱਧਰ ਸੀਗਾ ਕਿ ਤੋੜਤਾ ਪਤਾ ਨਹੀਂ ਕੀ ਹੋ ਗਿਆ, ਮੈਨੂੰ ਹੁਣ ਗੱਡੀ ਦੂਜੇ ਪਾਸੇ ਲਾਉਣੀ ਪੈਣੀ ਆ। ਵੈਸੇ ਪੈਪ ਤਾਂ ਬਥੇਰਾ ਲੰਬਾ ਗਾ। ਚਲੋ ਕਰਦੇ ਹਾਂ ਸਟਾਰਟ ਆਪਾਂ।
ਆਪਾਂ ਮਾਰ ਦਿਆਂਗੇ ਆਹ ਵਾਲਾ ਟਾਇਰਾਂ ਤੇ ਵਿੱਚੋਂ ਸਾਫ ਹੋ ਗਈ ਆ ਵੈਕਿਊਮ ਕਲੀਨਰ ਆਪਾਂ ਕਰ ਦਿੱਤਾ ਪਿੱਛੋਂ ਸੂਰਜ ਪੈਂਦਾ ਤਾਂ ਨਹੀਂ ਫੋਟੋ ਸਾਫ ਆਉਂਦੀ ਤੇ ਹੁਣ ਆਪਾਂ ਇਹਨੂੰ ਮਾਰਾਂਗੇ ਦੇਖਾਂਗੇ ਇਹ ਆਹ ਕਾਲਸ ਜੀ ਹੋ ਗਈ ਤੇਲ ਜਿਹਾ ਹੋ ਗਿਆ ਟਾਇਰਾਂ 'ਤੇ ਜਿਹੜਾ ਚੱਕਿਆਂ 'ਤੇ ਲੱਗਿਆ ਹੋਇਆ ਲਹਿੰਦਾ ਕਿ ਨਹੀਂ ਆ ਗਈ ਚਲੋ ਆਹ ਸਪਰੇਅ ਜੀ ਮਾਰਦੇ ਹਾਂ ਦੇਖਦੇ ਹਾਂ ਫਿਰ ਕਿੰਨਾ ਕੁ ਅਸਰ ਇਹ ਕਰਦੀ ਆ ਚਮਕਦਿਆਂ ਬਾਅਦ 'ਚ ਕਿਨਾ ਗੱਡੀ ਦੇ ਮੂਹਰਲੇ ਟਾਇਰ ਜ਼ਿਆਦਾ ਕਾਲੇ ਹੈਗੇ ਵੀਲ ਟਾਇਰ ਨਹੀਂ ਵੀਲ ਪਿਛਲੇ ਚਿੱਟੇ ਪਏ ਆ ਵੀਲ ਮੂਹਰਲੇ ਕਾਲੇ ਕਾਲੇ ਹੋ ਜਾਂਦੇ ਆ ਇੱਧਰਲਾ ਵੀ ਇੱਦਾਂ ਹੀ ਆ ਅਗਲਾ ਕਾਲਾ ਹੋਇਆ ਪਿਆ ਸੀ ਮਗਰਲਾ ਚਿੱਟਾ ਚਲੋ ਹੁਣ ਆਪਾਂ ਸਾਫ ਸਫਾਈਆਂ ਕਰਕੇ ਸੀਟ ਮੈਂ ਪਿੱਛੇ ਕਰਨੀ ਇਹ 'ਚ ਫਿਰ ਤਾਂ ਵੈਕਿਊਮ ਗੱਡੀ 'ਚ ਅਤੇ ਹੁਣ ਆਪਾਂ ਚੱਲਦੇ ਹਾਂ ਅੱਗੇ ਚੱਕਿਆਂ 'ਤੇ ਮੈਂ ਲਾਤੀ ਉਹ ਤੇਲ ਧੂੜ ਮਿੱਟੀ ਰਿਮੂਵ ਕਰਨ ਵਾਲੀ ਸਪਰੇਅ ਜੀ ਉਹ ਥੋੜ੍ਹਾ ਜਿਹਾ ਦੋ ਚਾਰ ਮਿੰਟ ਉਹਨੂੰ ਰਹਿਣ ਦਿੰਦੇ ਹਾਂ ਲੱਗੀ ਤਾਂ ਕਿ ਉਹ ਆਪਣਾ ਕੰਮ ਕਰੇ ਇੱਧਰਲੇ ਪਾਸੇ ਇਹ 2 ਨੰਬਰ ਪੰਪ ਆ ਇੱਧਰ ਖੁੱਲ੍ਹੀ ਜਗ੍ਹਾ ਹੈਗੀ ਉੱਧਰ ਥੋੜ੍ਹੀ ਜਿਹੀ ਭੀੜ ਆ ਪਰਲੇ ਪਾਸੇ ਵਾਲੇ 'ਚ 1 ਨੰਬਰ ਵਾਲੇ 'ਚ ਇਹ 'ਤੇ ਲਾ ਲੈਂਦੇ ਹਾਂ ਇਹ ਤਾਂ ਖਰਾਬ ਹੋਇਆ ਪੰਪ ਲੈਟਰ ਜਿਹਾ ਲਾਇਆ ਮੂਹਰੇ ਕਹਿੰਦੇ ਖਰਾਬ ਹੋਇਆ ਪਿਆ ਅੰਦਰ ਜਾ ਕੇ ਗੱਲ ਕਰੋ ਉਹਦੇ ਨਾਲ ਜਿਹੜਾ ਡਿਊਟੀ 'ਤੇ ਹੁੰਦਾ ਆਹ ਲੱਗਿਆ ਹੋਇਆ ਟਰਮੀਨਲ ਰੂਟ ਆਫ ਦ ਰਿਫਟ ਇਹ ਤਾਂ ਬੰਦ ਪਿਆ ਹੁਣ ਆਪਣਾ ਕੰਮ ਖਰਾਬ ਹੋ ਗਿਆ ਚੱਲ ਪੁੱਛਦੇ ਉਹਨੂੰ ਅੰਦਰ ਜਾ ਕੇ ਕੀ ਕਰੀਏ ਪਰ ਉਹ ਭਾਈ ਨੇ ਆਪਾਂ ਨੂੰ ਆਪਦਾ ਕਾਰਡ ਦਿੱਤਾ ਉਹ ਤਾਂ ਕਹਿੰਦਾ ਇਹਦੇ ਵਿੱਚ 500 ਕਰੋਨਾ ਗਾ ਕਹਿੰਦਾ ਜਿੰਨਾ ਮਰਜ਼ੀ ਵਰਤ ਲਾ ਕਹਿੰਦਾ ਫ੍ਰੀ ਆ ਫ੍ਰੀ ਤਾਂ ਕਾਹਨੂੰ ਆ ਕਹਿੰਦਾ ਵੀ ਆਪਦਾ ਦੇਖ ਕੇ ਚਲਾ ਲਾ ਜਿੱਦਾਂ ਚੱਲਦੀ ਆ ਆ ਮੇਰਾ ਕਾਰਡ ਚੱਲੂ ਕਹਿੰਦਾ ਪਰ ਕੁਛ ਨਹੀਂ ਪਤਾ ਲੱਗਦਾ ਇੱਥੇ ਤਾਂ ਹੀ ਯਾਰ ਅੱਛਾ ਢੱਕਣ ਚੱਕਣਾ ਪਊ ਇਹਦਾ ਢੱਕਣ ਚੱਕਣਾ ਪੈਣਾ ਫਿਰ ਅੰਦਰ ਕੁਛ ਨਹੀਂ ਸਮਝ ਲੱਗਦੀ ਕਰੋਨੇ ਨਾਲ ਪਹਿਲਾਂ ਪਾਣੀ ਨਾਲ ਮੈਂ ਸਾਫ਼ ਕਰਤੀ ਸਾਰੀ ਫਿਰ ਮਾੜੇ ਸਾਬਣ ਲਾਇਆ ਅਤੇ ਹੁਣ 20 ਕਰੋਨੇ ਵਾਲਾ ਹੋਰ ਲੈਂਦੇ ਹਾਂ ਇੱਕ ਪਾਕਾ ਗਰਮੀ ਹੋ ਗਏ 20 ਅਤੇ 20 40 ਆਪਾਂ 2 ਵਾਰੀ ਕਰ ਲਿਆ ਪਹਿਲਾਂ ਪਾਣੀ ਮਾਰਿਆ ਸਾਫ਼ ਕਰੀ ਫਿਰ ਸਾਬਣ ਲਾ ਲਿਆ ਅਤੇ ਹੁਣ 2 ਕੁ ਮਿੰਟ ਖੜ੍ਹਦੇ ਹਾਂ ਅਤੇ 20 ਵਾਲਾ ਪਾਕਾ 20 ਕਰੋਨੇ ਹੋਰ ਲਾ ਕੇ ਫਿਰ ਆਪਾਂ ਦੁਬਾਰੇ ਪਾਣੀ ਪਾ ਕੇ ਇਹਨੂੰ ਸਾਫ਼ ਕਰ ਦੇਣਾ ਜੀ ਸਾਫ਼ ਹੋ ਗਈ ਲੱਗਦੀ ਆ ਪਹਿਲਾਂ ਵਾਲੀ ਗੰਦੀ ਲੱਗਦੀ ਸੀ ਆਹ ਤਾਂ ਚਮਕਦੇ ਪਹਿਲਾਂ ਹੀ ਆਹ ਵੀ ਲਾ ਕੇ ਟਾਇਰ 'ਚ ਚਮਕਣ ਥੋੜ੍ਹੇ ਥੋੜ੍ਹੇ ਪਰ ਹਾਲੇ ਪੂਰਾ ਨਹੀਂ ਤੇਲ ਜਿਹਾ ਲਿਖਿਆ ਹੈਗਾ ਆਪਾਂ ਐਂ ਕਰਦੇ ਉਹ ਮਾਰ ਕੇ ਥੋੜ੍ਹਾ ਜਿਹਾ ਹੋਰ ਪਾਣੀ ਨਾਲ ਫਿਰ ਸਾਫ਼ ਕਰ ਲੈਣਾ ਜਾਂ ਤਾਂ ਹੈ ਪਹਿਲਾਂ ਤਾਂ ਮੈਂ ਸਕਰੈਚ ਦੇਖੀਏ ਜਿਹੜੇ ਆਪਾਂ ਅੱਜ ਠੀਕ ਕਰਨੇ ਹੈਗੇ ਇੱਕ ਤਾਂ ਆਹ ਲੱਗਿਆ ਹੋਇਆ ਇੰਨਾ ਕੁ ਇੱਥੇ ਲੱਗਿਆ ਹੈਗਾ ਤਾਂ ਛੋਟਾ ਜਿਹਾ ਹੀ ਆ ਅਤੇ ਆਹ ਲੱਗੇ ਹੋਏ ਨੇ ਇੱਥੇ ਛੋਟੇ ਛੋਟੇ ਜਿਹੇ
ਸੈਦੀ ਦੇ ਹੁਣ ਕਾ ਸੀ ਆ ਸੀਗੇ ਇੰਨੇ ਦਿਨ ਤਾਂ ਹੈ ਨਹੀਂ ਪਰ ਇਹਨਾਂ ਦਾ ਆਪਾਂ ਇਲਾਜ ਕਰਾਂਗੇ ਹੁਣ ਮੈਂ ਪਹਿਲਾਂ ਦੁਕਾਨ 'ਤੇ ਆਇਆ ਪਹਿਲਾਂ ਦੁਕਾਨ ਥੋੜ੍ਹਾ ਸਮਾਨ ਲੈਣਾ ਫਿਰ ਉੱਥੇ ਘਰ ਕੋਲ ਜਾ ਕੇ ਉੱਥੇ ਖੜਾ ਕੇ ਗੱਡੀ ਫਿਰ ਉੱਥੇ ਕਰਾਂਗੇ ਕੰਮ ਇਹਦਾ ਸਕਰੈਚਾਂ ਦਾ ਉੱਥੇ ਜਾ ਕੇ ਸਕਰੈਚ ਰਿਮੂਵ ਕਰ ਦਿਆਂ ਕੋਈ ਗੱਡੀ ਆਪਾਂ ਬਾਹਰੇ ਖੜਾ ਲਈ ਇੱਥੇ ਪਾਰਕ 'ਚ ਨਹੀਂ ਲਾਈ ਹੈਗੀ ਮਹਾਂ ਪਹਿਲਾਂ ਇਹਦਾ ਇਲਾਜ ਕਰੀਏ ਸਕਰੈਚਾਂ ਦਾ ਅਤੇ ਇੱਧਰਲੇ ਪਾਸੇ ਲੱਗੇ ਹੋਏ ਸਕਰੈਚ ਆਹ ਸੀਗੇ ਆਹ ਸੀਗੇ ਮੈਂ ਇਹੀ ਜ਼ਿਆਦਾ ਦਿਖਦਾ ਮੈਂ ਇਹੀ ਇਲਾਜ ਕਰ ਲੈਣਾ ਇਹਨਾਂ ਦਾ ਬਾਕੀ ਆਹ ਤਾਂ ਛੋਟੇ ਛੋਟੇ ਆ ਇਹ ਤਾਂ ਵੀ ਦੇਖ ਲਾਂਗੇ ਜੇ ਹੁੰਦਾ ਹੋਇਆ ਪਹਿਲਾਂ ਮੈਂ ਕੱਪੜੇ ਨਾਲ ਸਾਫ਼ ਕਰਤਾ ਚਲੋ ਜੀ ਕਰਦੇ ਆਪਾਂ ਸਟਾਰਟ ਮੈਂ ਤਾਂ ਇਹਨੂੰ ਖੋਲੀਏ ਪੋਲਿਸ਼ ਜੀ ਨੂੰ ਬਸ ਪੰਪ ਜੇ 'ਤੇ ਪਾ ਲੂੰਗਾ ਮੈਂ ਹਾਂ ਪੈ ਗਈ ਆ ਠੀਕ ਹੈ ਜੀ ਅਤੇ ਇਹਨੂੰ ਜਾ ਕੇ ਆਪਾਂ ਰਗੜਦੇ ਹਾਂ ਹੁਣ ਇੱਥੇ ਕਿੱਥੇ ਕਾ ਆਹ ਸੀ ਸਕਰੈਚ ਇਹਦੇ ਆਪਾਂ ਰਗੜ ਕੇ ਦੇਖਦੇ ਹਾਂ ਕੀ ਬਣਦਾ ਇਹ ਬਲੈਕ ਆ ਮੈਂ ਬਲੈਕ ਲੈ ਕੇ ਆਇਆ ਕਿਉਂਕਿ ਉੱਪਰ ਆਪਣੀ ਗੱਡੀ ਦਾ ਕਲਰ ਸਾਰਾ ਬਲੈਕ ਹੈਗਾ ਅਤੇ ਦੇਖਦੇ ਹਾਂ ਜੇ ਰਿਮੂਵ ਕਰਦੀ ਆ ਫਿਰ ਤਾਂ ਵਧੀਆ ਗੱਲ ਆ ਛੋਟੇ ਛੋਟੇ ਜਿਹੇ ਹੋਰ ਵੀ ਸਕਰੈਚ ਆ ਗਏ ਸਕਰੈਚ ਆਹ ਦੇਖੋ ਕਿੰਨੇ ਪਏ ਇਹਦੇ ਸਾਰੀ ਰਗੜੀ ਗਈ ਚਲੋ ਲਾ ਕੇ ਦੇਖਦੇ ਹਾਂ ਇੱਦਾਂ ਦੀਂਦੇ ਤਾਂ ਹੈਗੇ ਆ ਵਿੱਚ ਹਲੇ ਡੂੰਘੇ ਬੜੇ ਹੋਏ ਆ ਇਹ ਉਹ ਨਹੀਂ ਹੈਗੇ ਜਾਣੀ ਕਿ ਜਿਹੜੇ ਆਪਾਂ ਕਹੀਏ ਵੀ ਉੱਪਰ ਉੱਪਰ ਜੇ ਹੁੰਦੇ ਮੈਨੂੰ ਲੱਗਦਾ ਇਹ ਦਿਸਣਗੇ ਹਲੇ ਵੀ ਚਲੋ ਫਿਲਹਾਲ ਆਪਾਂ ਕੰਮ ਸਾਰੀਏ ਨਹੀਂ ਫਿਰ ਉਹ ਤਾਂ ਕਰਾਉਣੇ ਪੈਣੇ ਆ ਭਾਈ ਤੋਂ ਦੁਕਾਨ ਵਾਲਿਆਂ ਤੋਂ ਜੇ ਨਾ ਆਪਣੀ ਗੱਲ ਬਣੀ ਇੱਦਾਂ ਹੋ ਗਏ ਹੁਣ ਪਹਿਲਾਂ ਉਹਨਾਂ ਨੂੰ ਦਿਸਦੇ ਘੱਟ ਆ ਗਏ ਡੱਬੇ ਤਾਂ ਦਿੰਦੇ ਆ ਉੱਦਾਂ ਠੀਕ ਹੋ ਗਿਆ ਦੂਰੋਂ ਨਹੀਂ ਪਤਾ ਲੱਗਣਾ ਹੈ ਉਹ ਦੂਰੋਂ ਹੀ ਦਿੰਦੇ ਸੀਗੇ ਬਾਕੀ ਮੈਂ ਹੁਣ ਉਹਦੇ ਨਾਲ ਸਾਫ਼ ਕਰਦਾ ਆਪਣੇ ਕੱਪੜੇ ਨਾਲ ਇਹਦੇ ਨਾਲ ਉੱਪਰ ਦੀ ਆਹ ਪੁਰਾਣਾ ਹੀ ਲੈ ਲੈਂਦਾ ਮੈਂ ਕਹਿਣਾ ਅਰੇ ਮੈਂ ਗਿੱਲਾ ਕਰ ਲਿਆ ਸੀ ਹੋਰ ਨਾ ਕੰਮ ਖਰਾਬ ਹੋ ਜੇ ਇਹਦੇ ਨਾਲ ਹੀ ਕਰ ਲੈਂਦੇ ਫਿਰ ਸਾਈਡ ਜੀ ਤੋਂ ਉੱਪਰ ਦੀ ਫੇਰ ਦਿੰਦੇ ਹਾਂ ਪੋਲਾ ਪੋਲਾ ਜਿਹਾ ਪਰ ਉਹ ਵਿੱਚੋਂ ਫੇਰ ਨਿਕਲਿਆ ਉਹ ਤਾਂ ਇਹ ਨਹੀਂ ਜਾਣੇ ਵੀਰੇ ਇਹ ਨਹੀਂ ਜਾਂਦੇ ਉਹ ਜੀ ਟਰਾਈ ਤਾਂ ਆਪਾਂ ਕੀਤੀ ਆ ਪਰ ਗੱਲ ਬਣ ਨਹੀਂ ਰਹੀ ਗੱਡੀ ਦੀ ਮੈਨੂੰ ਲੱਗਦਾ ਇਹ ਥੋੜ੍ਹੇ ਜਿਹੇ ਜ਼ਿਆਦਾ ਸਕਰੈਚ ਜ਼ਿਆਦਾ ਡੂੰਘੇ ਹੈਗੇ ਅਤੇ ਆਪਾਂ ਹੁਣ ਦੇਖਦੇ ਹਾਂ ਕੋਈ ਹੋਰ ਹੱਲ ਕਰਕੇ ਦੇਖਦੇ ਹਾਂ ਇਹ ਤਾਂ ਆਪਣਾ ਮਿਸ਼ਨ ਫੇਲ ਹੋ ਗਿਆ ਮੈਨੂੰ ਲੱਗਦਾ ਅਤੇ ਕਿਉਂਕਿ ਡੂੰਘੇ ਮੈਂ ਪਾਰਸ ਜੀ ਮਾਰੀ ਵਿੱਚ ਜਦੋਂ ਸਾਫ਼ ਕਰਨ ਲੱਗਿਆ ਉੱਪਰ ਦੀ ਗੱਲ ਨਹੀਂ ਬਣੀ ਅਤੇ ਚਲੋ ਆਪਾਂ ਦੇਖਦੇ ਹਾਂ ਕੋਈ ਹੋਰ ਇਲਾਜ ਲੱਭਦਾ ਇਹਦਾ ਚਲੋ ਅੱਜ ਆਪਾਂ ਕਰਦੇ ਹਾਂ ਹੁਣ ਵਲੌਗ ਇੱਥੇ ਹੀ ਖਤਮ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਅੱਗੇ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਲਿਓ ਪਹਿਲੀ ਵਾਰ ਐਵੇਂ ਚੈਨਲ 'ਤੇ ਬਾਕੀ ਹੋਰ ਕੀ ਕਰੀਏ ਚਲੋ ਦੇਖਦੇ ਹਾਂ ਬਾਕੀ ਅੱਗੇ ਕੀ ਬਣਦਾ ਹੁਣ ਆਪਾਂ ਇੱਥੋਂ ਚੱਲੀਏ ਗੱਡੀ ਆਪਣੇ ਟਿਕਾਣੇ 'ਤੇ ਲਾਈਏ ਮਿਸ਼ਨ ਤਾਂ ਹੋ ਗਿਆ ਫੇਲ ਇਹਨੇ ਲਿਖਿਆ ਤਾਂ ਹੋਇਆ ਵੀ ਸਕਰੈਚ ਰਿਮੂਵਰ ਪਤਾ ਨਹੀਂ ਰਿਮੂਵ ਕਾਹਤੋਂ ਨਹੀਂ ਕੀਤਾ ਮੇਰੇ ਤਾਂ ਹੱਥ ਕਾਲੇ ਕਰਤੇ ਦੇਸੀ ਜਿਹੀ ਲੱਗਦੀ ਹੈ ਮੈਨੂੰ ਤਾਂ ਜਾਂ ਫਿਰ ਉੱਦਾਂ ਹੀ ਲਾ ਦਿੰਦੇ ਹਾਂ ਉੱਪਰ ਹੈ ਨਾ ਘੱਟੋ ਘੱਟ ਦਿਸਣਗੇ ਤਾਂ ਉੱਦਾਂ ਹੀ ਲਾ ਕੇ ਛੱਡ ਦਿੰਦੇ ਹਾਂ